ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਜੀ ਕੇ ਯੂਟਿਊਬ ਚੈਨਲ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਆਧਾਰ ਕਾਰਡ ਬਾਰੇ, ਜਾਣੀ ਕਿ ਆਪਣੇ ਮੋਬਾਈਲ ਨੰਬਰ ਨੂੰ ਆਧਾਰ ਕਾਰਡ ਨਾਲ ਕਿਵੇਂ ਲਿੰਕ ਕੀਤਾ ਜਾ ਸਕਦਾ, ਰਜਿਸਟਰਡ ਕਿਵੇਂ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਰਾਹੀਂ, ਜਾਂ ਜੇ ਤੁਹਾਡੇ ਕੋਲ ਲੈਪਟਾਪ ਜਾਂ ਕੰਪਿਊਟਰ ਜਾਂ ਮੋਬਾਈਲ ਆ, ਤਾਂ ਤੁਸੀਂ ਉਹਦਾ ਕਰੋਮ, ਗੂਗਲ ਕਰੋਮ ਬਰਾਊਜ਼ਰ ਖੋਲ੍ਹਣਾ। ਉਸ 'ਤੇ ਤੁਸੀਂ ਸਰਚ ਕਰਨਾ ਆਧਾਰ ਕਾਰਡ ਦੀ ਓਫਿਸ਼ੀਅਲ ਵੈਬਸਾਈਟ UIDAI। ਇਸ ਨੂੰ ਤੁਸੀਂ ਐਂਟਰ ਕਰੋਗੇ ਤਾਂ ਇਸ ਤਰ੍ਹਾਂ ਦਾ ਪੇਜ ਖੁੱਲ੍ਹ ਜਾਏਗਾ। ਸਾਰਿਆਂ ਨੂੰ ਪਹਿਲ 'ਤੇ ਹੀ ਆ ਜਾਏਗੀ ਉਹਨਾਂ ਦੀ ਵੈਬਸਾਈਟ UIDAI.gov.in। ਇਸ ਨੂੰ ਤੁਸੀਂ ਓਪਨ ਕਰ ਲੈਣਾ। ਓਪਨ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ, ਇਸ ਤਰ੍ਹਾਂ ਦਾ ਪੇਜ ਖੁੱਲ੍ਹ ਜਾਏਗਾ, ਜੋ ਕਿ ਓਫਿਸ਼ੀਅਲ ਵੈਬਸਾਈਟ ਆ ਆਧਾਰ ਕਾਰਡ ਦੀ। ਇਸ ਵੈਬਸਾਈਟ ਨੂੰ, ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਣਾ ਤਾਂ ਜੋ ਤੁਸੀਂ ਆਪਣੇ ਮੋਬਾਈਲ ਰਾਹੀਂ 5-7 ਮਿੰਟਾਂ ਵਿੱਚ ਆਪਣੇ ਆਧਾਰ ਕਾਰਡ ਨਾਲ ਆਪਣਾ ਮੋਬਾਈਲ ਨੰਬਰ ਰਜਿਸਟਰ ਕਰ ਸਕੋ। ਇਹ ਹੈ ਜੀ ਵੈਬਸਾਈਟ। ਸਭ ਤੋਂ ਪਹਿਲਾਂ ਤੁਸੀਂ ਨੀਚੇ ਜਾਣਾ। ਨੀਚੇ ਜਾਣ ਤੋਂ ਬਾਅਦ ਜੈੱਟ ਆਧਾਰ ਦੇ ਨੀਚੇ ਹੀ ਹੈ ਜੀ ਆਪਸ਼ਨ ਆਰਡਰ ਆਧਾਰ ਰੀਪ੍ਰਿੰਟ, ਇਸ 'ਤੇ ਆਪਾਂ ਕਲਿੱਕ ਕਰਾਂਗੇ ਜੀ। ਕਲਿੱਕ ਕਰਨ ਤੋਂ ਬਾਅਦ ਇੱਕ ਨਵਾਂ ਪੇਜ ਖੁੱਲ੍ਹੇਗਾ ਜੀ। ਟਰਮ ਕੰਡੀਸ਼ਨ ਆ ਨੋਟ, ਇਹ ਸਾਰੇ ਤੁਸੀਂ ਪੜ੍ਹ ਲੈਣੇ ਆ ਜੀ, ਕਿਸ ਤਰ੍ਹਾਂ ਇਹਨਾਂ ਦਾ ਪ੍ਰੋਸੀਜਰ ਆ। ਤੋਂ ਬਾਅਦ ਆਪਾਂ ਨੀਚੇ ਜਾਵਾਂਗੇ। ਨੀਚੇ ਜਾਣ ਤੋਂ ਬਾਅਦ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਨੰਬਰ, ਜੋ ਆਧਾਰ ਕਾਰਡ 12 ਅੰਕਾਂ ਦਾ ਆਧਾਰ ਕਾਰਡ ਦਾ ਨੰਬਰ ਆ, ਉਹ ਤੁਸੀਂ ਇੱਥੇ ਐਂਟਰ ਕਰਨਾ ਹੈ। ਇੱਥੇ ਐਂਟਰ ਕਰਨ ਤੋਂ ਬਾਅਦ, ਆਪਣਾ ਕਾਰਡ ਨੰਬਰ ਐਂਟਰ ਕਰਨ ਤੋਂ ਬਾਅਦ ਇੱਥੇ ਕੈਪਚਾ ਕੋਡ ਭਰਨਾ ਤੁਸੀਂ, ਜੋ ਇਹ ਨਾਲ ਡੱਬੀ ਦੇ ਵਿੱਚ ਦਿੱਤਾ, ਜੈਸੇ ਦਿੱਤਾ 6WV9X ਇੱਦਾਂ ਭਰਨਾ। ਹੁਣ ਇੱਥੇ ਜੀ ਮਾਈ ਮੋਬਾਈਲ ਨੰਬਰ ਇਜ਼ ਨਾਟ ਰਜਿਸਟਰਡ, ਇਸ 'ਤੇ ਤੁਸੀਂ ਕਲਿੱਕ ਕਰ ਦੇਣਾ ਜੀ, ਜਿੱਥੇ ਲਿਖਿਆ ਵਾ ਮਾਈ ਮੋਬਾਈਲ ਨੰਬਰ ਇਜ਼ ਨਾਟ ਰਜਿਸਟਰਡ। ਇਸ 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਆਪਣਾ ਮੋਬਾਈਲ ਨੰਬਰ ਭਰ ਦੇਣਾ ਜੀ। ਅਗਰ ਤੁਹਾਡੇ ਕੋਲ ਮੋਬਾਈਲ ਨੰਬਰ ਰਜਿਸਟਰਡ ਨਹੀਂ ਆ ਤੁਹਾਡਾ, ਤਾਂ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਭਰ ਦੇਣਾ ਜੋ ਵੀ ਆ। ਉਸ ਤੋਂ ਬਾਅਦ ਭਰਨ ਤੋਂ ਬਾਅਦ ਤੁਸੀਂ ਇੱਥੇ, ਹੁਣ ਮੇਰੇ ਕੋਲ ਇੱਦਾਂ ਦਾ ਕੋਈ ਆਧਾਰ ਕਾਰਡ ਨਹੀਂ ਹੈ, ਮੇਰਾ ਖੁਦ ਦਾ ਆਧਾਰ ਕਾਰਡ ਤਾਂ ਰਜਿਸਟਰਡ ਹੋਇਆ ਵਾ ਆਲਰੇਡੀ, ਅਤੇ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਪਹਿਲਾਂ ਨੰਬਰ, ਆਧਾਰ ਕਾਰਡ ਨੰਬਰ ਭਰਨਾ, ਫਿਰ ਆਧਾਰ ਕਾਰਡ ਨੰਬਰ ਤੋਂ ਬਾਅਦ ਕੈਪਚਾ ਕੋਡ ਆਏਗਾ, ਉਸ ਤੋਂ ਬਾਅਦ ਇੱਥੇ ਐਂਟਰ ਮੋਬਾਈਲ ਨੰਬਰ, ਇਸ 'ਤੇ ਕਲਿੱਕ ਪਹਿਲਾਂ ਜ਼ਰੂਰ ਕਰ ਦੇਣਾ ਮਾਈ ਨੰਬਰ ਮੋਬਾਈਲ ਨੰਬਰ ਇਜ਼ ਨਾਟ ਰਜਿਸਟਰਡ। ਇੱਥੇ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ 10 ਅੰਕਾਂ ਦਾ, ਉਹ ਕੋਈ ਵੀ ਹੁਣ ਭਰ ਦਿਓ। ਉਸ ਤੋਂ ਬਾਅਦ ਆਪ ਤੁਸੀਂ ਇਸ 'ਤੇ ਸੈਂਡ OTP 'ਤੇ ਐਂਟਰ ਕਰ ਦੇਣਾ। ਸੈਂਡ OTP 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਮੋਬਾਈਲ ਨੰਬਰ 'ਤੇ, ਜੋ ਵੀ ਤੁਹਾਡਾ ਮੋਬਾਈਲ ਨੰਬਰ ਦਿੱਤਾ ਵਾ ਤੁਸੀਂ ਇੱਥੇ ਭਰਿਆ, ਉਹਦੇ 'ਤੇ ਇੱਕ OTP ਆਏਗਾ। ਉਹ OTP ਭਰਨ ਤੋਂ ਬਾਅਦ ਤੁਸੀਂ ਉਸ ਨੂੰ ਫਿਰ ਓਕੇ ਕਰ ਦੇਣਾ। ਓਕੇ ਕਰਨ ਤੋਂ ਬਾਅਦ ਤੁਹਾਡਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਰਜਿਸਟਰਡ ਹੋ ਜਾਵੇਗਾ। ਦੋਸਤੋ, ਇਸ ਵੈਬਸਾਈਟ ਦਾ ਲਿੰਕ ਮੈਂ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ। ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਇਸ ਇਸ ਵੈਬਸਾਈਟ ਨੂੰ ਓਪਨ ਕਰ ਸਕਦੇ ਹੋ। ਦੋਸਤੋ, ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰੋ, ਤਾਂ ਜੋ ਜਿਨ੍ਹਾਂ ਨੂੰ ਮੋਬਾਈਲ ਨੰਬਰ ਰਜਿਸਟਰਡ ਕਰਨ ਦੀ ਦਿੱਕਤ ਆ ਰਹੀ ਹੈ, ਉਹ ਆਪਣਾ ਮੋਬਾਈਲ ਨੰਬਰ ਆਸਾਨੀ ਨਾਲ ਰਜਿਸਟਰਡ ਕਰ ਲੈਣ। ਅਤੇ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ, ਹੋਰ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਚੈਨਲ ਪੰਜਾਬ GK ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ।